ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਦੇ ਉਸ ਸ਼ਾਇਰ ਬਾਰੇ ਜਿਸ ਨੂੰ ਪੰਜਾਬੀ ਸਾਹਿਤ ਵਿੱਚ ਸਭ ਤੋਂ ਵੱਧ ਪੜਿਆ ਅਤੇ ਸਭ ਤੋਂ ਵੱਧ ਸੁਣਿਆ ਜਾਂਦਾ ਹੈ ਜਿਨ੍ਹਾਂ ਨੂੰ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ ਨੌਜਵਾਨ ਪੀੜੀ ਵਿੱਚ ਬਿਰਲਾ ਹੀ ਕੋਈ ਹੋਵੇਗਾ ਜਿਨ੍ਹਾਂ ਨੇ ਸ਼ਿਵ ਕੁਮਾਰ ਨੂੰ ਪੜਿਆ ਨਾ ਹੋਵੇ ਜਾਂ ਸੁਣਿਆ ਨਾ ਹੋਵੇ ਕਿਉਂਕਿ ਸ਼ਿਵ ਕੁਮਾਰ ਨੌਜਵਾਨਾਂ ਦਾ ਸਭ ਤੋਂ ਵੱਧ ਪਸੰਦੀਦਾ ਕਵੀ ਹੈ ਸ਼ੇਵ ਕੁਮਾਰ ਦਾ ਜਨਮ 23 ਜੁਲਾਈ 1936 ਨੂੰ ਜੰਮੂ ਕਸ਼ਮੀਰ ਦੀ ਹੱਦ ਨਾਲ ਲੱਗਦੇ ਪਿੰਡ ਚੱਕਰਗੜ੍ਹ ਤਹਿਸੀਲ ਦੇ ਬੜਾ ਪਿੰਡ ਲੋhtੀਆਂ ਵਿੱਚ ਹੋਇਆ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ। ਮੁਲਕ ਦੀ ਵੰਡ ਤੋਂ ਪਹਿਲਾਂ ਇਹ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦਾ ਸੀ। ਸ਼ੇਵ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਜੀ ਮਾਲ ਵਿਭਾਗ ਵਿੱਚ ਪਹਿਲਾਂ ਤਾਂ ਪਟਵਾਰੀ ਸਨ ਅਤੇ ਬਾਅਦ ਵਿੱਚ ਕਾਨੂੰਗੋਦੀ ਪੋਸਟੇਰ ਵੀ ਰਹੇ। ਉਹਨਾਂ ਦੀ ਮਾਤਾ ਸ਼ਾਂਤੀ ਦੇਵੀ ਦੀ ਆਵਾਜ਼ ਬਹੁਤ ਹੀ ਸੁਰੀਲੀ ਸੀ। ਇਹੀ ਸੁਰੀਲਾਪਨ ਸ਼ੇਵ ਦੀ ਆਵਾਜ਼ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਜੇਕਰ ਆਪ ਉਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਮੁਢਲੀ ਪੜ੍ਹਾਈ ਲੋਹਤਿਆ ਦੇ ਪ੍ਰਾਇਮਰੀ ਸਕੂਲ ਤੋਂ ਹੀ ਹਾਸਲ ਕੀਤੀ। 1953 ਵਿੱਚ ਉਹ ਸ਼ੈਬ ਨੇ ਸਾਲਵੇਸ਼ਨ ਆਰਮੀ ਹਾਈ ਸਕੂਲ ਬਟਾਲਾ ਤੋਂ 10ਵੀਂ ਪਾਸ ਕੀਤੀ। ਉਹਨਾਂ ਦੇ ਪਿਤਾ ਉਹਨਾਂ ਨੂੰ ਚੰਗਾ ਪੜਾ ਲਿਖਾ ਕੇ ਉੱਚ ਵਿੱਦਿਆ ਦਿਵਾ ਕੇ ਇੱਕ ਵਧੀਆ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਇਸ ਵਿੱਚ ਨਿਰਾਸ਼ਾ ਹੀ ਮਿਲੀ। ਕਿਉਂਕਿ 10ਵੀਂ ਤੋਂ ਬਾਅਦ ਅਗਲੇ 2 ਸਾਲ ਦੌਰਾਨ ਬਿਨਾਂ ਕਿਸੇ ਡਿਗਰੀ ਪ੍ਰਾਪਤ ਕਰਨ ਤੇ ਉਸ ਨੇ ਤਿੰਨ ਕਾਲਜ ਬਦਲ ਦਿੱਤੇ। ਫਿਰ ਪਿਤਾ ਕ੍ਰਿਸ਼ਨ ਗੋਪਾਲ ਨੇ ਆਪਣੇ ਪੁੱਤਰ ਸ਼ਿਵ ਕੁਮਾਰ ਨੂੰ ਪਟਵਾਰੀ ਲਵਾ ਦਿੱਤਾ ਪਰ 1961 ਵਿੱਚ ਉਹਨਾਂ ਨੇ ਇਸ ਨੌਕਰੀ ਤੋਂ ਵੀ ਅਸਤੀਫਾ ਦੇ ਦਿੱਤਾ ਅਤੇ 1966 ਤੱਕ ਬੇਰੁਜ਼ਗਾਰ ਹੀ ਰਿਹਾ ਪਰ ਪਿਤਾ ਕੋਲੋਂ ਇਹ ਕੋਈ ਖਰਚਾ ਨਹੀਂ ਸੀ ਲੈਂਦਾ ਇਸ ਸਮੇਂ ਦੌਰਾਨ ਉਹ ਕਦੇ ਕਦਈ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਪੜ੍ਹਨ ਦੀ ਸੇਵਾ ਫੜਾ ਜਾਂ ਕੋ ਛੱਪ ਚੁੱਕੀਆਂ ਕਵਿਤਾਵਾਂ ਦੀ ਰਿਐਲਿਟੀ ਤੇ ਹੀ ਗੁਜ਼ਾਰਾ ਕਰਦਾ ਕਈ-ਕਈ ਦਿਨ ਉਹ ਯਾਰਾਂ ਦੋਸਤਾਂ ਦੇ ਘਰੀ ਵੀ ਰਹਿੰਦਾ ਆਖਿਰ 1966 ਵਿੱਚ ਰੋਜੀ ਰੋਟੀ ਦੇ ਉਪਰਾਲੇ ਵਜੋਂ ਉਸਨੇ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਸ਼ਾਖਾ ਵਿੱਚ ਕਲਰਕ ਦੀ ਨੌਕਰੀ ਲੈ ਲਈ। ਦੋਸਤੋ ਜੇਕਰ ਆਪਾਂ ਉਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ 5 ਫਰਵਰੀ ਸਾਲ 1967 ਵਿੱਚ ਸ਼ਹਿਬ ਦਾ ਵਿਆਹ ਗੁਰਦਾਸਪੁਰ ਜ਼ਿਲ੍ਹੇ ਦੇ ਹੀ ਇੱਕ ਪਿੰਡ ਕੀੜੀ ਮੰਗਿਆਲ ਦੀ ਅਰੁਣਾ ਨਾਲ ਹੋ ਗਿਆ। ਉਸ ਦਾ ਵਿਵਹਤਾ ਜੀਵਨ ਖੁਸ਼ੀ ਅਤੇ ਹਰ ਪੱਖੋਂ ਠੀਕ ਠਾਕ ਸੀ। ਉਹਨਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਅਤੇ ਤੀ ਪੂਜਾ ਨੇ ਜਨਮ ਲਿਆ। ਸ਼ੇਵ ਆਪਣੇ ਬੱਚਿਆਂ ਨੂੰ ਵੀ ਬੇहद ਪਿਆਰ ਕਰਦਾ ਸੀ ਸਾਲ 1968 ਵਿੱਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਬਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ ਚੰਡੀਗੜ੍ਹ ਆ ਕੇ ਵੀ ਸ਼ੇਵ ਨੇ ਬੈਂਕ ਦੀ ਨੌਕਰੀ 'ਚ ਜ਼ਿਆਦਾ ਦਿਲਚਸਪੀ ਨਾ ਦਿਖਾਈ ਉਹ 21 ਸੈਕਟਰ ਵਿੱਚ ਕਿਰਾਏ ਦੇ ਮਕਾਨ 'ਤੇ ਰਹਿੰਦਾ ਸੀ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਹੀ ਕੰਮ ਤੇ ਜਾਂਦਾ ਸੀ ਦੋਸਤੋ ਤੁਹਾਨੂੰ ਦੱਸ ਦਈਏ ਜਿਵੇਂ ਕਿ ਉਹਨਾਂ ਦਾ ਨਾਮ ਸ਼ੇਵ ਸੀ ਪਰ ਉਹਨਾਂ ਕੋਲ ਸ਼ਿਵਜੀ ਭਗਵਾਨ ਵਾਲੀ ਤੀਜੀ ਅੱਖ ਵੀ ਸੀ ਕਿਉਂਕਿ ਸਮਾਜ ਦੇ ਹਰ ਇੱਕ ਪਹਿਲੂ ਨੂੰ ਆਪਣੇ ਡੂੰਘੇ ਸ਼ਬਦਾਂ ਰਾਹੀਂ ਕਾਪੀ ਦੇ ਪੰਨਿਆਂ ਉੱਤੇ ਉਤਾਰ ਸਕਦੇ ਸਨ ਜੋ ਕਿ ਆਮ ਲੋਕਾਂ ਦੀ ਸੋਚ ਤੋਂ ਬਹੁਤ ਪਰੇ ਦੀ ਗੱਲ ਸੀ ਲੋਕ ਉਹਨਾਂ ਨੂੰ ਨਰਮਵਾਦੀ ਕਵੀ ਕਹਿੰਦਾ ਰਾਹੀ ਕਵੀ ਕਹਿੰਦੇ ਹਨ ਪਰ ਉਹਨਾਂ ਨੇ ਸਮਾਜ ਦੇ ਹਰ ਇੱਕ ਵਿਸ਼ੇ ਦੀ ਗੱਲ ਕੀਤੀ ਹੈ ਇਸ ਗੱਲ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਇੱਕ ਵਾਰ ਜਦੋਂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ স্তਾਪ ਦੀ ਉੱਪਰ ਕਵਿਤਾ ਪੜ੍ਹਨ ਲਈ ਕਿਹਾ ਗਿਆ ਤਾਂ ਸਭ ਨੂੰ ਇਹ ਲੱਗ ਰਿਹਾ ਸੀ ਕਿ ਸ਼ੇਵ ਹੁਣ ਪਤਾ ਨਹੀਂ ਕੀ ਗਾਊਗਾ ਪਰ ਜਦੋਂ ਸ਼ੇਵ ਨੇ ਸਟੇਜ ਉੱਪਰ ਕਵਿਤਾ ਗਾਈ ਤਾਂ ਸਭ ਤੋਂ ਵਖਰੀਅਤ ਸਭ ਨੂੰ ਦੰਗ ਕਰ ਦੇਣ ਵਾਲੀ ਸੀ ਸ਼ੇਵ ਦੀ ਕਵਿਤਾ ਸੁਣ ਕੇ ਹਾਲ ਵਿੱਚ ਸਨਾਟਾਸ਼ ਆ ਗਿਆ ਕਿਸੇ ਹੋਰ ਕਵੀ ਦੀ ਉੱਠ ਕੇ ਜ਼ਰਤ ਨਹੀਂ ਹੋਈ ਕਿ ਉਹ ਕੋਈ ਹੋਰ ਕਵਿਤਾ गा ਸਕਣ ਇਸ ਕਵੀਤਾ ਤੋਂ ਲੱਗਦਾ ਹੈ ਕਿ ਸ਼ੇਵ ਕੋਈ ਆਮ ਬੰਦਾ ਨਹੀਂ ਸੀ ਉਹਨਾਂ ਦੀ ਕਵਿਤਾ ਲੂਣਾ ਇੱਕ ਸ਼ਾਹਕਾਰ ਰਚਨਾ ਸੀ ਜਿਸ ਵਿੱਚ ਉਹਨਾਂ ਨੇ ਲੂਣਾ ਦੇ ਚਿੱਤਰ ਰੂਪ ਦਾਗ ਲਾਉਣ ਵਾਲੇ ਸਮਾਜ ਨੂੰ ਦੋਸ਼ੀ ਠਹਿਰਾਇਆ ਹੈ ਇਹ ਉਸ ਦੀ ਸ਼ਾਹਕਾਰ ਰਚਨਾ ਸੀ ਜਿਸ ਲਈ ਉਸ ਨੂੰ ਸਹਿਤ ਕਾਦਮੀ ਅਵਾਰਡ 1967 ਵਿੱਚ ਮਿਲਿਆ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਿ ਇਸ਼ਕ ਦੇ ਨਾਲ ਨਾਲ ਸ਼ਰਾਬ ਦਾ ਨਾਮ ਵੀ ਉਸ ਦੇ ਨਾਮ ਨਾਲ ਜੁੜਿਆ ਹੋਇਆ ਹੈ ਕਹਿਆ ਜਾਂਦਾ ਹੈ ਕਿ ਜਦੋਂ ਸ਼ਿਵ ਕੁਮਾਰ ਲੰਡਨ ਵਿੱਚ ਪਹਿਲੀ ਵਰਲਡ ਪੰਜਾਬੀ ਕਾਨਫਰੰਸ ਵਿੱਚ ਭਾਗ ਲੈਣ ਲਈ ਗਏ ਤਾਂ ਉਸ ਦੇ ਪ੍ਰਸ਼ੰਸਕ ਉਸ ਨੂੰ ਦਿਨ ਰਾਤ ਸ਼ਾਪ ਪਾਉਂਦੇ ਰਹਿੰਦੇ ਅਤੇ ਉਸ ਕੋਲੋਂ ਗੀਤ ਸੁਣਦੇ ਰਹਿੰਦੇ ਸਨ ਉਹ ਦਿਨ ਰਾਤ ਸ਼ਾਪ ਦੇ ਨਸ਼ੇ ਵਿੱਚ ੁੱਤੜਣ ਲੱਗਾ ਇਸ ਤਰ੍ਹਾਂ ਸ਼ਾਹ ਉਸ ਦੇ ਹੱਡਾਂ ਵਿੱਚ ਰਚ ਗਈ ਜਦੋਂ ਭਾਰਤ ਵਾਪਸ ਆਇਆ ਪਚਾਹ ਜਾਂ ਕਾਫੀ ਉਸ ਨੂੰ ਚੰਗੀ ਨਹੀਂ ਸੀ ਲੱਗਦੀ ਦੋਸਤੋ ਜੇਕਰ ਆਪਾਂ ਉਹਨਾਂ ਦੀਆਂ ਰਚਨਾਵਾਂ ਦੀ ਗੱਲ ਕਰੀਏ ਤਾਂ 1960 ਵਿੱਚ ਪੀੜਾਂ ਦਾ ਪ੍ਰਾਗ 1961 ਵਿੱਚ ਲਾਜਵੰਤੀ 1962 ਵਿੱਚ ਆਟੇ ਦੀਆਂ ਚਿੜੀਆਂ 1963 ਵਿੱਚ ਮੈਨੂੰ ਵਿਦਾ ਕਰੋ 1964 ਵਿੱਚ ਦਰਦਮੰਦਾਂ ਦੀਆਂ ਆਹੀ 1964 ਵਿੱਚ ਬਿਰਹਾਤ ਸੁਲਤਾਨ 1965 ਵਿੱਚ ਲੂਣਾ 1969 ਵਿੱਚ ਆਤੀ 1970 ਵਿੱਚ ਮੈਂ ਤੇ ਮੈਂ ਅਲਵਿਦਾ ਸਾਗਰ ਤੇ ਕੜੀਆਂ ਦੁੱਖ ਆਪ ਸੰਗ੍ਰਹਿ ਸ਼ਬਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਕੀਤੇ ਗਏ ਸਨ ਦੋਸਤੋ ਸਹਿਤ ਤੇ ਦੀ ਦੁਨੀਆ ਦਾ ਇਹ ਧਰੂ ਤਾਰਾ 6 ਮਈ 1973 ਨੂੰ ਰਾਤੀ 9 ਵਜੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋ ਗਿਆ ਪਰ ਅੱਜ ਵੀ ਸ਼ੈਵ ਕੁਮਾਰ ਆਪਣੀਆਂ ਕਵਿਤਾ ਰਾਹੀਂ ਆਪਣੇ ਚਾਹਣ ਵਾਲਿਆਂ ਦੇ ਦਿਲਾਂ ਵਿੱਚ ਵਸਦਾ ਹੈ ਪੰਜਾਬੀ ਦੇ ਇਸ ਮਹਾਨ ਕਵੀ ਨੂੰ ਅਸੀਂ ਦਿਲੋਂ ਸਲਾਮ ਕਰਦੇ ਹਾਂ ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਅਤੇ ਕਮੈਂਟ ਵਿੱਚ ਦੱਸਿਓ ਕਿ ਤੁਹਾਨੂੰ ਸ਼ੈਵ ਕੁਮਾਰ ਦੀ ਕਿਹੜੀ ਕਵਿਤਾ ਚੰਗੀ ਲੱਗਦੀ ਹੈ